ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀਦ ਜੋਬ ਅਲਰਟ ਤੇ ਤਾਂ ਹੁਣੇ-ਹੁਣੇ ਲੇਟੈਸਟ ਅਪਡੇਟ ਜਿਹੜੇ ਆਈਐਸ ਸਕੂਲ ਬੰਦ ਕਰਵਾਉਣ ਨੂੰ ਲੈ ਕੇ ਹੈ ਕਿਉਂਕਿ ਸ਼ੱਕੀ ਵਿਅਕਤੀ ਜਿਹੜੇ ਦੇਖੇ ਗਏ ਤਾਂ ਪੰਜਾਬ ਦੇ ਵਿੱਚ ਹਾਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੋ ਕਿਹੜੇ ਜ਼ਿਲ੍ਹੇ ਦੇ ਅਪਡੇਟ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਅਪਡੇਟ ਹੈ ਜੀ ਪਠਾਨਕੋਟ ਜ਼ਿਲ੍ਹੇ ਦੀ ਤਾਂ ਪਠਾਨਕੋਟ ਦੇ ਵਿੱਚ ਸ਼ੱਕੀ ਵਿਅਕਤੀਆਂ ਦੇਖੇ ਜਾਣ ਤੋਂ ਬਾਅਦ ਅੱਜ ਹਾਈ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਸੋ ਆਰਮੀ ਦੇ ਵੱਲੋਂ ਸ਼ੱਕੀਆਂ ਦੀ ਭਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਸੂਚਨਾ ਦੇ ਅਨੁਸਾਰ ਆਰਮੀ ਖੇਤਰ ਦੇ ਵਿੱਚ ਜਿੰਨੇ ਵੀ ਸਕੂਲ ਹੈ ਜਿਹੜੇ ਪੈਂਦੇ ਆ ਉਹ ਸਕੂਲ ਬੰਦ ਕਰਵਾਏ ਗਏ ਨੇ ਇਸ ਸਬੰਧੀ ਸਿੱਖਿਆ ਭਾਗ ਵੱਲੋਂ ਭਾਵੇਂ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ ਇਹ ਵੀ ਕਿਹਾ ਗਿਆ ਕਿ ਜੋ ਆਰਮੀ ਖੇਤਰ ਦੇ ਵਿੱਚ ਸਕੂਲ ਪੈਂਦੇ ਨੇ ਉਹਨਾਂ ਵੱਲੋਂ ਜਿਹੜੇ ਕੀਤੇ ਹੋ ਸਕਦੇ ਸੋ ਦੱਸਿਆ ਜਾ ਰਿਹਾ ਕਿ ਇਸ ਖੇਤਰ ਵਿੱਚ ਸ਼ੱਕੀਆਂ ਦੀ ਭਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਆਰਮੀ ਖੇਤਰ 'ਚ ਜਿਹੜੇ ਸਕੂਲ ਪੈਂਦੇ ਆ ਤਾਂ ਉਹ ਜਿਹੜੇ ਬੰਦ ਕਰਵਾਏ ਗਏ ਨੇ ਸੋ ਸਰਚ ਆਪਰੇਸ਼ਨ ਹੈ ਜਿਹੜਾ ਆਤਮੀ ਦੇ ਵੱਲੋਂ ਜਾਰੀ ਹੈ ਹੁਣੇ-ਹੁਣੇ ਇਹ ਅਪਡੇਟ ਆਈ ਹੈ ਸੋ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇਹ ਸਕੂਲ ਇਹਦੇ ਬੰਦ ਕਰਵਾਏ ਨੇ ਖਾਸ ਕਰ ਜਿਹੜੇ ਆਰਮੀ ਖੇਤਰ ਦੇ ਵਿੱਚ ਪੈਂਦੇ ਐ ਸੋ ਬਾਕੀ ਦੇ ਰਿਗਾਰਡਿੰਗ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ